ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਸਖਤ ਸਜ਼ਾ। ਸੁਖਜਿੰਦਰ ਰੰਧਾਵਾ। ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਇਹ ਬਿੱਲ ਵਿਧਾਨ ਸਭਾ ਵਿੱਚ ਪਾਸ ਹੋਇਆ ਹੈ ਅਤੇ ਸਰਕਾਰ ਵੀ ਇਸ ਤੋਂ ਪਿੱਛੇ ਨਹੀਂ ਹਟ ਸਕਦੀ। ਯਾਰ ਵੇਖ, ਤੂੰ ਪੂਰਾ ਗੁਰੂ ਦਾ ਸਿੱਖ ਆ, ਤੂੰ ਵੀ ਅੰਦਰ ਕੱਲ੍ਹ ਵੀ ਦੇਖੀ ਆ, ਜਿਹੜੇ ਗੁਰੂ ਦੇ ਸਿੱਖ ਜਿਹੜੇ ਦੌੜਦੇ ਨਹੀਂ ਉਹ ਤਾਂ ਖਲੋਤੇ ਅਸੈਂਬਲੀ 'ਚ, ਅਤੇ ਜਿਹੜੇ ਗੁਰੂ ਨੂੰ ਪਿੱਠ ਦੇ ਕੇ ਬਰਗਾੜੀ ਤੋਂ ਭੱਜੇ, ਬਹਿਬਲ ਕਲਾਂ ਤੋਂ ਭੱਜੇ, ਉਹਨਾਂ ਦਾ ਕੱਲ੍ਹ ਹਾਲ ਅਤੇ ਤੁਸੀਂ ਅੱਗੇ ਵੇਖੋ ਕਿ ਬਣਦਾ ਕੀ ਆ। ਜਿਹੜੇ ਗੁਰੂ ਦੇ ਸੱਚੇ ਸੁੱਚੇ ਸਿੱਖ, ਚਾਹੇ ਉਹ ਸਹਿਜਧਾਰੀ ਸੀ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਸੀ, ਉਹ ਅੰਦਰ ਖੜ੍ਹੇ ਹੋ ਕੇ ਉਹਨੇ ਗੁਰੂ ਦੇ ਲਈ ਹਾਂ ਦਾ ਨਾਰਾ ਮਾਰਿਆ। ਅਤੇ ਜਿਹੜੇ ਗੁਰੂ ਦੇ ਕਹਿੰਦੇ ਨੇ ਅਸੀਂ ਅਖੌਤੀ ਪੰਥਕ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਕਹਿੰਦਾ, ਉਹਨਾਂ ਨੇ ਜਿੱਥੇ ਗੁਰੂ ਸਾਹਿਬ ਦੇ 95 ਵਾਰੀ ਜਿਸ ਰਿਪੋਰਟ ਦੇ ਵਿੱਚ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਵਤ ਗੀਤਾ ਦੀ ਜਿਹੜੀ ਉਹਦੇ ਲਿਖਿਆ, ਜਾਂ ਰਮਾਇਣ ਉਹਦਾ ਕੁਰਾਨ ਬਾਈਬਲ ਦਾ ਨਾਂ ਲਿਖਿਆ, ਇਹਨਾਂ ਨੇ ਫਾੜ ਕੇ ਸੁੱਟ ਗਏ ਉੱਤੇ ਅਤੇ ਪੈਰਾਂ 'ਚ ਰੋਲਿਆ। ਇਹਨਾਂ ਨੂੰ ਤੁਸੀਂ ਕਹਿੰਦੇ ਹੋ ਇਨਸਾਨ, ਇਹ ਇਨਸਾਨੀ ਹੈਵਾਨੀਅਤ ਸੀਗੀ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕੀਤੀ। ਬਿਲਕੁਲ, ਪੰਜਾਬ ਦੀ ਪੁਲਿਸ ਜਿਹੜੀ ਆ ਉਹਨੇ ਅੱਤਵਾਦ ਖਤਮ ਕੀਤਾ, ਅਤੇ ਔਰ ਇਸੇ ਹੀ ਪੰਜਾਬ ਪੁਲਿਸ ਨੇ ਇਹ ਜਿਹੜੀ ਰਿਪੋਰਟ ਦੇ ਵਿੱਚ ਜੋ ਹੋਇਆ, ਇਹ ਜਿਹੜੀ ਜੋ ਲਿਖਿਆ ਗਿਆ, ਉਹ ਪੰਜਾਬ 'ਚ ਜਿਹੜੀ ਸਿੱਟ ਬਣੀ ਸੀ ਉਸੇ ਸਿੱਟ ਨੇ ਇਹ ਜਿਹੜੇ ਬੰਦੇ ਨਾਮਜ਼ਦ ਕੀਤੇ, ਇਹ ਪੰਜਾਬ ਪੁਲਿਸ ਨੇ ਕੀਤੇ, ਕਿਸੇ ਬਾਹਰਲੀ ਏਜੰਸੀ ਨੇ ਨਹੀਂ ਕੀਤੇ, CBI ਨੇ ਨਹੀਂ ਕੀਤੇ, ਇਹ ਪੰਜਾਬ ਪੁਲਿਸ ਨੇ ਕੀਤੇ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਪੰਜਾਬ ਪੁਲਿਸ ਦੇ ਉੱਤੇ ਸ਼ੱਕ ਕਰਨਾ, ਮੇਰਾ ਖਿਆਲ ਕਿ ਇਹਨਾਂ ਦੀ ਬਦਨੀਤੀ ਆ, ਇਹਨਾਂ ਦੀ ਬੇਈਮਾਨੀ ਆ। ਇਹਨੀ ਸਿੱਟ ਬਣਾਈ ਸੀ ਸੁਖਬੀਰ ਬਾਦਲ ਜਦੋਂ ਹੋਮ ਮਿਨਿਸਟਰ ਸੀ, ਉਸੇ ਸਿੱਟ ਨੂੰ ਕੈਪਟਨ ਸਰ ਨੇ ਕੰਟੀਨਿਊ ਕਰਾ ਕੇ ਉਹਦੇ ਕੋਲ ਰਿਪੋਰਟ ਲੈ ਕੇ, ਇਹਦਾ ਮਤਲਬ ਇਹ ਇੱਕ ਚੀਜ਼ ਸਫਾਈ ਜਿਹੜੀ ਸਾਹਮਣੇ ਆ ਗਈ ਆ ਕਿ ਸੁਖਬੀਰ ਬਾਦਲ ਨੇ ਉਸ ਸਿੱਟ ਨੂੰ ਕੰਮ ਨਹੀਂ ਕਰ ਦਿੱਤਾ, ਕਿਉਂਕਿ ਇਹ ਪ੍ਰੇਮੀਆਂ ਦੇ ਨਾਲ ਰਲਿਆ ਸੀ। ਜੋ ਅੰਦਰ ਜਾਖੜ ਸਾਹਿਬ ਨੇ ਕਿਹਾ ਕਿ ਇਹ ਪ੍ਰੇਮੀਆਂ ਦਾ ਪ੍ਰੇਮੀ ਸੀ, ਅਤੇ ਇਹਨੇ ਆਪ ਵੀ ਇਹ ਅਨਾਊਂਸ ਕਰ ਦਿੱਤਾ ਕਿ ਜਿਹੜੀ ਅਸੀਂ ਹੁਣ ਇਲੈਕਸ਼ਨ ਲੜਾਂਗੇ ਉਹ ਅਸੀਂ ਹਰਿਆਣੇ ਤੋਂ ਲੜਾਂਗੇ, ਉੱਥੇ ਇਕੱਲੇ ਇਲੈਕਸ਼ਨ ਲੜਾਂਗੇ, ਕਿਉਂਕਿ ਇਹਨੂੰ ਸੁਨੇਰੀਆ ਜੇਲ੍ਹ ਤੋਂ ਆਸ਼ੀਰਵਾਦ ਪ੍ਰਾਪਤ ਹੋਇਆ, ਉੱਥੇ ਇਹਨੂੰ ਮੱਥਾ ਟੇਕਣਾ ਚਾਹੀਦਾ। ਇਹ ਵੀ ਉਸੇ ਗੁਫਾ 'ਚ ਜਾਏਗਾ ਜਿੱਥੋਂ ਕੱਢ ਕੇ ਉਹਨੂੰ ਲਿਆਂਦਾ ਸੀ। ਜਿਹੜੇ ਦੋਸ਼ੀ ਨਿਕਲਣਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਅਸੈਂਬਲੀ ਦੇ ਵਿੱਚ ਇਹ ਪਾਸ ਹੋਇਆ, ਔਰ ਜੋ ਅਸੈਂਬਲੀ 'ਚ ਪਾਸ ਹੋਵੇ ਨਾ ਗੌਰਮੈਂਟ ਉਹਦੇ ਤੋਂ ਪਿੱਛੇ ਹਟ ਸਕਦੀ ਆ, ਨਾ ਕੋਈ ਸਰਕਾਰ ਹਟ ਸਕਦੀ ਆ, ਅਤੇ ਨਾ ਕੋਈ ਵਿਅਕਤੀ ਵਿਸ਼ੇਸ਼ ਹਟ ਸਕਦਾ। ਪੂਰੀ ਸਖਤ ਕਾਰਵਾਈ ਕੀਤੀ ਜਾਏਗੀ।